ਵੀ ਧੰਨਵਾਦ ਕਰਦੇ ਆ। ਲਓ ਹੁਣ ਮੈਚ ਤਨੌਲਾ ਮੰਡੀ ਦੀ ਟੀਮ ਦਾ ਮੈਚ ਆਪਾਂ ਵੇਖਣਾ ਧੌਲੇ ਦੇ ਨਾਲ, ਜਿੰਨੇ ਵੀ ਸਾਡੇ ਨੌਜਵਾਨ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਕੱਲੀ ਕੱਲੀ ਟੀਮ ਆਈ ਆ ਟੈਲਮਾਂ ਦੀ ਟੀਮ ਦੇ ਮੌੜ, ਜਿਹੜੀ ਟੀਮ ਦਾ ਮੈਚ ਨਹੀਂ ਉਹ ਪ੍ਰੀਚ ਬੈਠਣ ਦੀ ਕਿਰਪਾਲਤਾ ਕਰੋ ਸਾਡੇ ਵੀਰ। ਬਾਈ ਜੀ ਪਹਿਲੇ ਰਾਊਂਡ ਦਾ ਜਿਹੜਾ ਸਕੋਰ ਹੋਊਗਾ ਗੋਲਡੀ, ਫਸਟ ਰਾਊਂਡ ਸਾਡੇ 14-15 ਜੀ, ਸਾਡੇ 14 ਤੇ 15 ਪੁਆਇੰਟ ਹੋਣਗੇ ਪਹਿਲੇ ਰਾਊਂਡ ਦੀ। ਬਾਈ ਕਬੱਡੀ ਟਾਰਨਾ ਪੋਸਟਰ 'ਚ ਲਿਖਿਆ ਹੋਇਆ ਗਾ, ਮਾਗਰੋਂ ਕਹੋਗੇ ਵੀ ਕਿਸੇ ਪਲੇਅਰ ਨੂੰ ਸਾਨੂੰ ਦੱਸਿਆ ਨਹੀਂ, ਇਹ ਮੈਂ ਪਲੇਅਰਾਂ ਨੂੰ ਬੇਨਤੀ ਕਰਦਾ, ਤੁਸੀਂ ਬਹੁਤ ਸਿਆਣੇ ਹੋ, ਸਾਰੇ ਪੜ੍ਹੇ ਲਿਖੇ ਹੋ, ਜਦੋਂ ਪੋਸਟਰ ਦੇ ਇਨਾਮ ਕਰੀ ਨਿਗਾਹ ਮਾਰ ਲੈਣੋ, ਵੈਸਟ ਕਰੀ ਨਿਗਾਹ ਮਾਰ ਲੈਣੋ, ਮਾੜੀਆਂ ਜਿਹੀਆਂ ਹਦਾਇਤਾਂ ਵੀ ਪੜ੍ਹ ਲਿਆ ਕਰੋ ਇੱਕ ਵਾਰੀ, ਇਹ ਬਹੁਤ ਬਹੁਤ ਧੰਨਵਾਦ ਆ, ਤੁਹਾਡੀ ਗਲਤੀ ਹੋਊ। ਮੈਂ ਬੇਨਤੀ ਕਰਦਾ ਬੂਟਾ ਜੀ ਸਤਗੁਰ ਜੀ, ਜੇ ਕੋਈ ਰੇਡਰ ਡਬਲ ਕਬੱਡੀ ਮਾਰਦਾ ਤਾਂ ਨਾਲ ਦੀ ਨਾਲ ਪੁਆਇੰਟ ਦੂਜੇ ਪਾਸੇ ਦਿੱਤਾ ਜਾਵੇ, ਇਹ ਧਿਆਨ ਦੇਣ ਸਾਡੇ ਨੌਜਵਾਨ। ਬਹੁਤ ਬਹੁਤ ਧੰਨਵਾਦ ਆ ਗੁਰਪ੍ਰੀਤ ਵਰਗੇ ਸਾਡੇ ਨੌਜਵਾਨ ਜਿੰਨੇ ਵੀ ਆਏ ਆ, ਕਬੱਡੀ ਦਾ ਵੱਡਾ ਸਤਿਕਾਰ। ਫਲਾੜਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉੱਧਰ ਸਾਡਾ ਵੀਰ ਗੁਰੂ ਕਿਰਪਾ ਅਤੇ ਨਾਲ ਸਾਡੇ ਵੀਰ ਸਿੱਧੇ ਮੈਂ ਸੁਖਾਨੰਦ, ਕਿਉਂਕਿ ਮੈਡੀਕਲ ਵਾਲੇ ਵੀਰਾਂ ਦਾ ਧੰਨਵਾਦ। ਇੱਧਰ ਭੋਡੀਪੁਰੇ ਵਾਲਾ ਮੰਦਿਰ ਦਸਕਾਂ ਦੀ ਗਜੇਰੀ 'ਚ ਗੇੜਾ ਲਾ ਰਿਹਾ, ਕੱਲ੍ਹ ਨੂੰ ਕਹਿੰਦੇ ਕੱਲ੍ਹ ਨੂੰ ਖੋਖਰਾ ਚੌਂਕ ਵਾਲੇ ਜਿੱਥੇ ਪਿੱਥੋਂ ਵਾਲੇ ਸ਼ੀਰੇ ਨੇ ਪਹਿਲੀ ਵਾਰ ਮੈਚ ਦੀ ਸ਼ੁਰੂਆਤ ਕੀਤੀ ਸੀ, ਉੱਥੇ ਵੀ ਮੈਚ ਹੋਣਾ 80 ਕਿਲੋ ਦੇ। ਅਤੇ ਆਓ ਜਿਹੜੇ ਮਿੱਤਰ ਹੁਣ ਗੱਲ ਆਪਾਂ ਕਰਦੇ ਹਾਂ, ਲਓ ਸਾਡਾ ਨੋਟ ਕਰੋ ਤਨੌਲਾ ਮੰਡੀ ਦੀ ਟੀਮ ਜੀ, ਜਿਹੜੀ ਤਨੌਲਾ ਮੰਡੀ ਦੀ ਟੀਮ ਹੈ, ਮੇਰੇ ਮਿੱਤਰ ਨੋਟ ਕਰਨ, ਤਨੌਲਾ ਮੰਡੀ ਵਾਲੇ ਨੌਜਵਾਨ ਇੱਧਰਲੇ ਪਾਸੇ ਚਲੇ ਗਏ ਨੇ, ਬਾਬੇ ਦੀ ਫਲੰਦ ਵਾਲੀ ਸਾਈਡ ਉਹਨਾਂ ਦੀ ਵਿਰੋਧੀ ਟੀਮ ਤੌਲਾ, ਆਪਣਾ ਗਵਾਂਢੀ ਪਿੰਡ ਤਬਾ ਮੰਡੀ ਦੇ ਟੂਰਨਾਮੈਂਟ ਦੀ ਵੈਸਟ ਟੀਮ, ਕਾਲੇ ਵਰਗੇ ਨੌਜਵਾਨ ਵਿੱਕੀ ਵਰਗੇ ਨੌਜਵਾਨ ਤਾਰਾ ਨੰਬਰਦਾਰ ਤੇ ਜਗਵੀਰ ਧਾਲੀਵਾਲ, ਯਰਮਨ ਚ ਬੈਠਾ ਕੱਲੀ ਕੱਲੀ ਕਬੱਡੀ ਦਾ ਆਨੰਦ ਮਾਣਦਾ। ਲੈ ਵੀ ਅਤਲੇ ਵਾਲਿਆ, ਪਹਿਲੀ ਕਬੱਡੀ ਦੀ ਗੱਲ ਜਿਹੜੀ ਤੈਅ ਕਰਨੀ ਹੈ ਮਾਈਕ ਤੋਂ। ਲਓ ਜੀ, ਕਬੱਡੀ ਓਪਨ ਦਾ ਪਹਿਲਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਕਹਿੰਦੇ ਵੀ ਖੇਡਾਂ ਦੀ ਨਰਸਰੀ ਦੇ ਤੌਰ ਤੇ ਜਾਣਿਆ ਜਾਂਦਾ ਧਨੌਲਾ ਮੰਡੀ ਪਿੰਡ, ਇੱਧਰ ਮੇਲੇ ਵਾਲੀ ਸਾਈਡ ਹੈ। ਦੂਜੇ ਪਾਸੇ ਕਹਿੰਦੇ ਵੀ ਧੌਲਾ ਪਿੰਡ ਦੀ ਟੀਮ ਹੈ, ਜ਼ਿਲ੍ਹੇ ਬਰਨਾਲੇ ਦੀ। ਲਓ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪੈ ਚੁੱਕੀ ਹੈ ਜੀ, ਕਬੱਡੀ ਓਪਨ ਦੀ। ਤਾੜੀ ਮਾਰਦੇ ਦਰਸ਼ਕ ਵੀਰਿਓ, ਤਾੜੀ ਮਾਰਦੇ ਹੋ। ਲਓ ਪਹਿਲੀ ਕਬੱਡੀ ਓਪਨ ਦੀ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਇਹ ਆ ਨੌਜਵਾਨ ਕਹਿੰਦੇ ਵੀ ਸੰਦੀਪ ਰਾਮਗੜ੍ਹ ਭੁੰਦੜ ਪਿੰਡ ਦਾ, ਜ਼ਿਲ੍ਹੇ ਬਠਿੰਡੇ ਦਾ, ਕੋਟ ਫਤਿਹ ਦੇ ਲਾਗੇ ਰਾਮਗੜ੍ਹ ਭੁੰਦੜ ਵਾਲਾ ਸੰਦੀਪ ਟਰਾਈ ਕਰਦਾ ਹੋਇਆ ਤੇ ਪਹਿਲਾ ਜਿਹੜਾ ਡੇਢ ਪੁਆਇੰਟ ਦਰਸ਼ਕ ਵੀਰਿਓ ਧਨੌਲਾ ਮੰਡੀ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਮੈਦਾਨ ਦੇ ਵਿੱਚ ਜਗਪਾਲ ਪਾ ਰਿਹਾ ਨੌਜਵਾਨ ਧੌਲੇ ਵਾਲਾ, ਕਿ ਸੱਜ ਧੱਜ ਕੇ ਮੈਦਾਨ ਦੇ ਵਿੱਚ ਆਏ ਖਿਡਾਰੀ ਨੇ ਮਾਣ ਪੰਜਾਬੀਆਂ ਦਾ, ਲਿਸ਼ਕਾ ਮਾਰਦਾ ਸੋਹਣਿਆਂ ਦਾ, ਜੋਸ਼ ਵੇਖੋ, ਨੂਰ ਡੁੱਲ ਡੁੱਲ ਪੈਂਦਾ ਹੈ ਵਾਡੀਆਂ ਦਾ ਜਦੋਂ ਤੁਰਦੇ ਨੇ ਧਰਤੀ ਨੂੰ ਭਾਗ ਲੱਗਦੇ, ਟਾਰ ਵੱਖਰਾ ਹੈ ਯਾਰ ਨਵਾਬੀਆਂ ਦਾ, ਪਲਾੜੇ ਦੇ ਟੂਰਨਾਮੈਂਟ ਦਾ ਵਜਿਆ ਵਿਗਲ ਵੇਖੋ, ਅੱਜ ਹੋਣਾ ਹੈ ਯੁੱਧ ਕਬੱਡੀਆਂ ਦਾ, ਅੱਜ ਹੋਣਾ ਹੈ ਯੁੱਧ ਕਬੱਡੀਆਂ ਦਾ। ਬੜੇ ਸਾਊ ਜਿਹੇ ਸੁਭਾਅ ਦਾ ਇਹ ਆ ਨੌਜਵਾਨ ਜਗਪਾਲ ਸਿੰਘ ਧੌਲਾ ਤੇ ਪੁਆਇੰਟ ਧੌਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਕਹਿੰਦੇ ਧੌਲੇ ਦੇ ਕੋਲੇ ਫਤਿਹਗੜ੍ਹ ਛੰਨਾ ਪਿੰਡ ਆ ਜਾਂਦਾ, ਆ ਮੁੰਡਾ ਗੁਰਦੀਪ ਸਿੰਘ ਕਬੱਡੀ ਪਾ ਰਿਹਾ। ਇਹ ਦੋ ਵੀਰ ਕਬੱਡੀ ਖੇਡਦੇ ਨੇ, ਇੱਕ ਗੁਰਦੀਪ ਦੇ ਇੱਕ ਹਰਜੀਤ ਆ। ਉਧਰਲੇ ਪਾਸੇ ਧੌਲੇ ਦੀ ਟੀਮ ਦਾ ਵਿੱਕੀ ਦੇ ਨਾਲ ਜੱਗਾ, ਨਾਲ ਕਹਿੰਦੇ ਕੋਟ ਫਤਿਹ ਦੇ ਕੋਲੇ ਰਾਮਗੜ੍ਹ ਭੁੰਦੜ ਪਿੰਡ ਹੈ, ਉਹ ਨੌਜਵਾਨ ਸੰਦੀਪ ਦੇ ਨਾਲ ਮੈਂ ਦੇਖਦਾ ਵੀ ਇੱਕ ਪਾਸੇ ਆਹ ਮੁੰਡੇ ਦੀ ਕਮਾਲ ਦੀ ਗੇਮ ਆ। ਜਦੋਂ ਕਾਲੇ ਨੇ ਤਾਬਾ ਮੰਡੀ ਦੇ ਟੂਰਨਾਮੈਂਟ ਦੇ ਦੋ ਜੱਫੇ ਲਾਏ ਤੇ ਟੀਮ ਫਾਸਟ ਰਹੀ, ਮੋਟਰਸਾਈਕਲ ਜਿੱਤਿਆ ਨੌਜਵਾਨ ਨੇ ਤੇ ਘੁੱਦੇ ਦੇ ਕਬੱਡੀ ਕੱਪ ਦੇ ਅੱਤ ਕਰਾਈ ਹੈ। ਆਹ ਪਿਛਲੇ ਦਿਨੀ 25 ਤਰੀਕ ਨੂੰ ਮੇਰੇ ਮਿੱਤਰੋ ਜਦੋਂ ਕਹਿੰਦੇ ਖੁੱਡੀ ਦਾ ਟੂਰਨਾਮੈਂਟ ਹੋਇਆ, ਆਹ ਮੁੰਡੇ ਨੇ 8 ਕਬੱਡੀਆਂ ਪਾ ਕੇ 8 ਨੰਬਰ ਲੈਤੇ ਤੇ ਮੋਟਰਸਾਈਕਲ ਜਿੱਤਿਆ। 2.5 ਰੁਪਏ ਦਾ ਕਿਰਨੀ ਮਾਰੋ ਤਾੜੀ ਇੱਕ ਵਾਰੀ ਮੁੰਡੇ ਦੇ ਨਾਂ ਤੇ, ਅੱਗੇ ਨੂੰ ਵੱਧ ਕੇ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ। ਅਜਮੇਰ ਸਿੰਘ ਦਾ ਪੁੱਤਰ ਹੈ, 2 ਸਾਲ ਕੈਨੇਡਾ ਖੇਡਿਆ, ਕਿਉਂਕਿ 2 ਸਾਲ ਮਠੱਡਿਆਂ ਦੇ ਦਾਰੇ ਦੇ ਸੱਦੇ ਦੇ ਨੌਜਵਾਨ ਕੈਨੇਡਾ ਖੇਡਿਆ। ਵੱਡੇ ਸਤਿਕਾਰ ਹੋਏ ਇਹਨਾਂ ਨੌਜਵਾਨਾਂ ਦੇ। ਲਾ ਵੀ ਨੌਜਵਾਨ ਕਿਰਪਿਆਰ ਕਰੀਏ ਧਨੌਲੇ ਮੰਡੀ ਵਾਲੇ ਇਸ ਨੌਜਵਾਨ ਦੀ। ਲਓ ਮੈਦਾਨ ਦੇ ਵਿੱਚ ਧਨੌਲਾ ਮੰਡੀ ਦੀ ਟੀਮ ਦਾ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ। ਉੱਧਰ ਕਹਿੰਦੇ ਵੀ ਜੱਗਾ ਧੌਲੇ ਵਾਲਾ ਨਾਲ ਵਿੱਕੀ ਤੇ ਨਾਲ ਕਹਿੰਦੇ ਵੀ ਸੰਦੀਪ ਰਾਮਗੜ੍ਹ ਭੁੰਦੜ ਦਾ ਟਰਾਈ ਕਰਦਾ ਹੈ। ਪੁਆਇੰਟ ਧਨੌਲਾ ਮੰਡੀ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ। ਚੱਲ ਵੀ ਜਗਪਾਲ ਸਿੰਘ ਪਾ ਵੀ ਕਬੱਡੀ ਨੌਜਵਾਨਾਂ, ਕਬੱਡੀ ਨਾਲ ਪੰਜਾਬੀਆਂ ਨੂੰ ਪਿਆਰ ਗੂੜਾ, ਜਿਉਣਾ ਭੁੱਲ ਸਕਦੇ ਇਹਨੂੰ ਨਾ ਕੋਈ ਭੁੱਲੇ,
ਪੰਜਾਬੀ ਕ੍ਰੇਡ ਤੇ ਡਾਲਰਾਂ ਦਾ ਮੀਂਹ ਵਰਦਾ ਅਸਮਾਨ ਵਾਂਗ ਨੇ ਪੰਜਾਬੀਆਂ ਦੇ ਦਿਲ ਖੁੱਲੇ ਕਬੱਡੀ ਚੜ ਕੇ ਨੱਚੀ ਹਰਜੀਤ ਦੇ ਮੋਢਿਆਂ ਤੇ ਲੱਖੇ ਕਹਿੰਦੇ ਦੀ ਰੇਡ ਤੇ ਦਿਲ ਜਾਣ ਡੁੱਲੇ ਡਿੜਬੇ ਵਾਲੇ ਸੰਦੀਪ ਦੀਆਂ ਰੇਡਾਂ ਦਾ ਜਾਲ ਦੁਨੀਆਂ ਤੇ ਬੁਣਿਆ ਗਿਆ ਬੱਛੋਂ ਆੜੀਆਂ ਨਾਮ ਕਬੱਡੀ ਦਾ ਤਾਂ ਜੋ ਹਰ ਦਿਲ ਤੇ ਖੁਣਿਆ ਗਿਆ ਲਓ ਜਗਤਾਲ ਸਿੰਘ ਧੌਲੇ ਵਾਲਾ ਕਬੱਡੀ ਪਾ ਕੇ ਵਾਪਸ ਹੈ ਅੱਗੇ ਕਬੱਡੀ ਦੀ ਗੱਲ ਕਾਂਤੀ ਤਾਜੋਗੇ ਵਾਲੇ ਕਰੇਗਾ ਕਿਉਂਕਿ ਬਹੁਤ ਬਹੁਤ ਧੰਨਵਾਦ ਹੈ ਉਧਰਲੇ ਪਾਸੇ ਸੰਦੀਪ ਵਰਗੇ ਨੌਜਵਾਨ ਜਿਹੜੇ ਮੁੰਡੇ ਦੇ ਕਹਿੰਦੇ ਡੌਲਿਆਂ ਉੱਤੇ ਟੈਟੂ ਆ ਇਧਰਲੇ ਪਾਸੇ ਕਾਲੇ ਵਰਗਿਆਂ ਦੀ ਗੱਲ ਕਰ ਰਹੇ ਆ ਆਹ ਮੁੰਡੇ ਨੇ ਜਦੋਂ ਨੌਜਵਾਨ ਮਿੱਤਰੋ ਮੈਂ ਤੁਹਾਨੂੰ ਦੱਸਾਂ ਰਾਣੀਏ ਦਾ ਕਬੱਡੀ ਕੰਪ ਹੋਇਆ ਸਰਸੇ ਜ਼ਿਲ੍ਹੇ ਦੇ ਵਿੱਚ ਕਹਿੰਦੇ ਦਿੜਬੇ ਵਾਲੇ ਲੁੱਦਰ ਨੂੰ ਦੋ ਜੱਫੇ ਲਾ ਕੇ ਅੱਤ ਕਰਾਈ ਹੈ ਇਹ ਮੁੰਡਾ ਮੈਂ ਦੇਖਦਾ ਆਪਣੀ ਟੀਮ ਦੇ ਲਈ ਜਿਹੜਾ ਇੱਕ ਅੰਕ ਹੋ ਜੁੜਦਾ ਹੋਇਆ ਉਧਰ ਵੱਡੇ ਮਾਨ ਜਿੱਥੋਂ ਦੇ ਬਾਈ ਗੁਰਮੀਤ ਸਿੰਘ ਜੀ ਰੋਮ ਚ ਬੈਠਾ ਅਮਰਜੀਤ ਬੈਠਾ ਜੁੜਿਆ ਬੈਠਾ ਨਾਲ ਪਾਲਾ ਕੈਨੇਡਾ ਦੇ ਨਾਲ ਇੰਦਰਜੀਤ ਰਾਜੂ ਉਹ ਵੀ ਸੋਚ ਰਿਹਾ ਵੀ ਮੇਰੇ ਪਿੰਡ ਦਾ ਭਾਈ ਰੂਪੇ ਵਾਲਾ ਮੁੰਡਾ ਕਿਰਨੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਮਾਈ ਸਤਨਾਮ ਵਰਗੇ ਤਰੌਲਾ ਮੰਡੀ ਪਹਿਲਾਂ ਤਨੌਲਾ ਮੰਡੀ ਦੀ ਕਹੋਗੇ ਪਸ਼ੂ ਪਾਰ ਦੇ ਮਨਸੂਰੀ ਸਭ ਤੋਂ ਪਹਿਲਾਂ ਗੁਰਪਿਆਰ ਸਾਹਿਬ ਤਨੌਲਾ ਮੰਡੀ ਦੀ ਜਿਹੜੀ ਚਾਰਾਈ ਛੋਟੀਆਂ ਗੇਮਾਂ ਜਿਹੜੇ ਬੱਚਿਆਂ ਦੀਆਂ ਖੇਡਾਂ ਦਾ ਕਰਕੇ ਹੁੰਦੀ ਸੀ ਗੁਰਦੀਪ ਸਿੰਘ ਸੰਨਾ ਵਾਲਾ ਅਗਲੇ ਮੈਚ ਲਈ ਬੇਨਤੀ ਆ ਵੀ ਮੌੜਨਾ ਪੇ ਦੀ ਟੀਮ ਆ ਤੇ ਟੈਲਮਾ ਕਿਰਪਾ ਕਰਕੇ ਰੈਡੀ ਰਹਿ ਲਓ ਪਈ ਹੋਈ ਕਬੱਡੀ ਆ ਸੰਨਾ ਵਾਲੇ ਆ ਮੈਂ ਦੇਖਦਾ ਪੱਟੂ ਦੇ ਵੀਰ ਦੀ ਉਧਰ ਸੰਦੀਪ ਨਾਲ ਜੱਗਾ ਨਾਲ ਦਵਿੰਦਰ ਪੀਰੂ ਵਰਗੇ ਨੌਜਵਾਨਾਂ ਦੀ ਜਾਂ ਫਲੈਨ ਦੇ ਵਿੱਚ ਮੈਂ ਦੇਖਦਾ ਤਪਾ ਮੰਡੀ ਦੀ ਇਧਰਲੇ ਪਾਸੇ ਅੱਤ ਜੇ ਦਫੇ ਲਾਉਣ ਵਾਲਾ ਕੋਟ ਫਤੇ ਦੇ ਏਰੀਏ ਦਾ ਨੌਜਵਾਨ ਆ ਮੈਂ ਦੇਖਦਾ ਵੀ ਇੱਕ ਪਾਸੇ ਰਾਮਗੜ੍ਹ ਭੁੰਦੜ ਵਾਲਾ ਸੰਦੀਪ ਸਿੰਘ ਦਾ ਜਫਾ ਆ ਮੁੰਡੇ ਦੇ ਜਦੋਂ ਮੈਂ ਬੋਲਦਾ ਜਦੋਂ ਰਾਮਪੁਰੇ ਦਾ ਟੂਰਨਾਮੈਂਟ ਸੰਤਾ ਸਿੰਘ ਸਪੋਰਟਸ ਕਲੱਬ ਨੇ ਪਹਿਲਾਂ ਵੀ ਮੈਂ ਟੂਰਨਾਮੈਂਟ ਤੇ ਬੋਲਦਾ ਹੁੰਦਾ ਨੌਜਵਾਨ ਨੇ ਪਹਿਲਾਂ ਮੋਟਰਸਾਈਕਲ ਜਿੱਤ ਕੇ ਮੇਰੇ ਨਗਰ ਤਾਂ ਜੋ ਕਿ ਗੁਰਦੁਆਰਾ ਬਾਬਾ ਪੰਜਾਬ ਸਿੰਘ ਦੇ ਗੁਰੂ ਘਰ 'ਚ ਖੜਾ ਤਾੜੀ ਮਾਰੋ ਇੱਕ ਵਾਰੀ ਮੁੰਡੇ ਦੇ ਨਾਂ ਤੇ ਇਸ ਨੌਜਵਾਨ ਦੀ ਖਾਸੀਅਤ ਵੀ ਪਹਿਲਾਂ ਮੋਟਰਸਾਈਕਲ ਜਿੱਤਿਆ ਤੇ ਗੁਰੂ ਘਰ ਨੂੰ ਦਿੱਤਾ ਇਹ ਨੌਜਵਾਨ ਦੇ ਕਿਉਂਕਿ ਉਹਨਾਂ ਨੌਜਵਾਨ ਸਵਾਮਾ ਜਿਵੇਂ ਪਿੱਥੋਂ ਦੇ ਸ਼ੀਰੇ ਨੇ ਰੂਮੀ ਦੇ ਕਬੱਡੀ ਕੱਪ ਤੋਂ ਮੋਟਰਸਾਈਕਲ ਜਿੱਤ ਕੇ ਆਲੀ ਕੇ ਆਲੀ ਗਊਸ਼ਾਲਾ ਨੂੰ ਦਿੱਤਾ ਸੀਗਾ ਹਾਂ ਵੀ ਕਿਰਪਿਆਰ ਕਰੀ ਗੱਲ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਧਨੌਲਾ ਮੰਡੀ ਦੀ ਟੀਮ ਦਾ ਨੌਜਵਾਨ ਪਾ ਰਿਹਾ ਉਧਰ ਕਹਿੰਦੇ ਵੀ ਕੀਪਾ ਭੁੰਦੜ ਵਾਲਾ ਵੀ ਪੁੱਜਾ ਹੋਇਆ ਹੈ ਕਬੱਡੀ ਦਾ ਕਹਿੰਦੇ ਵੀ ਸਟਾਰ ਜਾਫੀ ਕੀਪਾ ਭੁੰਦੜ ਵਾਲਾ ਵੀ ਪੁੱਜਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਜੱਗੀ ਭਲਵਾਨ ਮੌੜਨਾਬੇ ਵਾਲਾ ਰਾਏ ਵਰਗੇ ਨਿੰਮੇ ਵਰਗੇ ਕਬੱਡੀ ਖਿਡਾਰੀ ਵੀ ਮੈਦਾਨ ਦੇ ਵਿੱਚ ਨੇ ਇਸ ਤੋਂ ਅਗਲਾ ਮੈਚ ਢਿੱਲਵਾਂ ਤੇ ਮੌੜਨਾਬੇ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ ਨਾਲੇ ਬਦਰਾ ਤੇ ਢਪਾਲੀ ਦੀਆਂ ਟੀਮਾਂ ਬਿਲਕੁਲ ਹੋ ਜਾਣ ਜੀ ਬਿਲਕੁਲ ਜੀ ਬਿਲਕੁਲ ਇੱਧਰ ਕਿਰਨੀ ਵਰਗੇ ਨੌਜਵਾਨ ਜਿਹੜੇ ਖੇਡਦੇ ਆ ਬਹੁਤ ਵਧੀਆ ਪਲੇਅਰ ਆਪਾਂ ਦੇਖ ਰਹੇ ਹਾਂ ਸਾਡੇ ਨੌਜਵਾਨ ਮਿੱਤਰਾਂ ਦਾ ਜਿਹੜਾ ਕਿਉਂਕਿ ਪ੍ਰਬੰਧ ਪੰਜਾਬ ਪੁਲਿਸ ਦਾ ਤਹਿਤ ਲੋ ਧੰਨਵਾਦ ਕਰਦੇ ਹਾਂ ਸਾਡੇ ਨੌਜਵਾਨ ਮਿੱਤਰਾਂ ਦੇ ਜਿਹਨਾਂ ਦੇ ਵੱਡੇ ਜਿਹੜੇ ਸਹਿਯੋਗ ਆ ਬਾਕੀ ਮੈਂ ਬੇਨਤੀ ਕਰਦਾ ਜਗਦੀਪ ਜੀ ਜਦੋਂ ਵੀ ਆਪਣੇ ਗੈਸਟ ਹੋਣਗੇ ਉਦੋਂ ਮਾਈਕ ਛੋਟੇ ਹਵਾਲੇ ਹੋਣਗੇ ਬਹੁਤ ਬਹੁਤ ਧੰਨਵਾਦ ਜਗਦੀਪ ਬਾਈ ਉਹ ਨੌਜਵਾਨ ਸਾਡਾ ਬੁਲਾਰਾ ਗਾ ਜਿਹਨਾਂ ਨੇ ਪੰਜਾਬ ਦੇ ਬਾਈ ਜੀ ਜਿਹਨਾਂ ਕੋਲੇ ਮੂਵ ਸਪਰੇ ਆ ਡਾਕਟਰ ਸਾਹਿਬ ਬੂਟਾ ਜੀ ਉਹ ਮੂਵ ਸਪਰੇ ਗਰਾਊਂਡ ਚ ਦੇਣ ਦੀ ਕਿਰਪਾਲਤਾ ਕਰੋ ਜੀ ਮੂਵ ਸਪਰੇ ਹਾਂਜੀ ਕਿਰਪਿਆਰ ਜੀ ਹੈਲੋ ਹਾਂਜੀ ਬਹੁਤ ਬਹੁਤ ਧੰਨਵਾਦ ਗੀਤੂ ਵਰਗੇ ਨੌਜਵਾਨ ਵੀ ਸਾਡੇ ਆਏ ਅਗਲਾ ਮੈਚ ਮੌੜਾਂ ਦੀ ਟੀਮ ਦਾ ਕਿਉਂਕਿ ਗੋਲ ਗੋਲ ਦਾਇਰਾ ਵਿੱਚ ਹੰਦੇ ਤੋਂ ਦਿਸਦੇ ਤੇ ਚੜ ਜਾਂਦਾ ਚਾਂ ਜਦ ਖਿਡਾਰੀ ਵਿੱਚ ਦਿਸਦੇ ਇਧਰਲੇ ਪਾਸੇ ਗੁਰਪ੍ਰੀਤ ਨੇ ਕਹਿੰਦੇ ਧੌਲੇ ਵਾਲੇ ਜਗਪਾਲ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਆ ਪਰ ਤਜਰਬੇ ਦਾ ਨੌਜਵਾਨ ਇਹ ਸਾਡਾ ਨੌਜਵਾਨ ਮੈਂ ਦੇਖਦਾ ਵੀ ਇੱਕ ਹੱਥ ਨਾਲ ਕਬੱਡੀ ਖੇਡਣੀ ਬੜੀ ਔਖੀ ਹੈ ਕਹਿੰਦੇ ਕਬੱਡੀ ਦਾ ਮੈਚ ਖੇਡਣ ਜਾਣਾ ਸੀ ਕਾਹਲੀ ਸੀ ਸਾਨੂੰ ਪਰ ਮਸ਼ੀਨ 'ਚ ਹੱਥ ਆਉਣ ਦੇ ਕਰਕੇ ਨੌਜਵਾਨ ਇਹਦਾ ਹੱਥ ਕੱਟਿਆ ਗਿਆ ਸੀ ਅੱਜ ਵੀ ਨੌਜਵਾਨ ਜਿਹੜਾ ਕਮਾਲ ਦੀ ਗੇਮ ਦਿਖਾਉਂਦਾ ਫੇਰ ਕਬੱਡੀ ਪੈ ਰਹੀ ਹੈ ਗੁਰਦੀਪ ਸਿੰਘ ਦੀ ਸੰਨਾ ਵਾਲੇ ਦੀ ਟਰਾਈਡੈਂਟ ਦੇ ਕੋਲੇ ਇਧਰਲੇ ਪਾਸੇ ਰਾਮਗੜ੍ਹ ਵਾਲ ਨੌਜਵਾਨ ਮੈਂ ਦੇਖਦਾ ਸੰਦੀਪ ਸਿੰਘ ਜੱਫਾ ਲਾਉਂਦਾ ਹੋਇਆ ਬਹੁਤ ਵਧੀਆ ਖਿਡਾਰੀ ਹੈ ਕਬੱਡੀ ਹੈਗਾ ਆਪਣੀ ਟੀਮ ਦੇ ਲਈ ਇੱਕ ਅੰਕ ਹੋਰ ਜਿਹੜਾ ਜੁੜਦਾ ਹੋਇਆ ਜਿੰਨੇ ਵੀ ਜਿਹੜੇ ਮੈਚ ਉਹਨਾਂ ਦਾ ਧੰਨਵਾਦ ਹੈ ਲੈ ਵੀ ਨੌਜਵਾਨਾਂ ਗੁਰਪਿਆਰ ਕਰੀ ਗੱਲ ਕਿਰਨ ਭਾਈ ਰੂਪੇ ਵਾਲੇ ਦੀ ਹੈਲੋ ਲਓ ਦਰਸ਼ਕ ਵੀਰੋ ਮੈਦਾਨ ਦੇ ਵਿੱਚ ਨੌਜਵਾਨ ਕਿਰਨੀ ਵਾਲਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਰਾਮਪੁਰੇ ਤੋਂ ਜਦੋਂ ਕਹਿੰਦੇ ਵੀ ਸਲਾਦਪੁਰੇ ਨੂੰ ਜਾਈਦਾ ਸਲਾਦਪੁਰੇ ਦੇ ਲਾਗੇ ਭਾਈ ਰੂਪਾ ਪਿੰਡ ਜ਼ਿਲ੍ਹੇ ਬਠਿੰਡੇ ਦਾ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਸਾਹਮਣੇ ਧੌਲਾ ਮੰਡੀ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਲਓ ਮੈਦਾਨ ਦੇ ਵਿੱਚ ਭਰਮੇ ਜੁੱਸੇ ਵਾਲਾ ਸਾਹਮਣੇ ਮੁੰਡਾ ਕਬੱਡੀ ਪਾ ਰਿਹਾ ਤੇ ਵਿੱਕੀ ਧੌਲੇ ਵਾਲਾ
ਧੌਲੇ ਵਾਲਾ ਵਿੱਕੀ ਰੋਕਣ ਦੀ ਕਰਦਾ ਹੋਇਆ ਪੂਰੀ ਕੋਸ਼ਿਸ਼ ਹੈ ਤੇ ਅੰਕ ਜਿਹੜਾ ਧਨੌਲਾ ਮੰਡੀ ਦੀ ਟੀਮ ਦੇ ਹਿੱਸੇ ਹੈ। ਧੂੜਕੋਟ ਰਣਸੀ ਦੇ ਕਬੱਡੀ ਕੱਪ ਦਾ ਬੈਸ ਰੇਡਰ ਹੈ ਕਾਲਾ ਧਨੌਲੇ ਵਾਲਾ ਤੇ ਇਧਰਲੇ ਪਾਸੇ ਜਗਪਾਲ ਸਿੰਘ ਧੌਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਟੀਮਾਂ ਦੇ ਜਿਹੜਾ ਅਗਲਾ ਮੈਚ ਹੋਣਾ ਢਿੱਲਵਾਂ ਤੇ ਮਾੜਨਾਬੇ ਦਾ ਦੋਨੋਂ ਟੀਮਾਂ ਦੇ ਵਿੱਚ ਕਹਿੰਦੇ ਵੀ ਚੋਟੀ ਦੇ ਕਬੱਡੀ ਖਿਡਾਰੀ ਪੁੱਜੇ ਹੋਏ ਹੈ ਢਿੱਲਵਾਂ ਤੇ ਮਾੜਨਾਬਾ ਦੀਆਂ ਟੀਮਾਂ ਦੇ ਵਿੱਚ। ਲਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਪਈ ਹੋਈ ਜਗਪਾਲ ਸਿੰਘ ਧੌਲੇ ਦੀ ਕਬੱਡੀ ਤੇ ਪੁਆਇੰਟ ਧੌਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਢਿੱਲਵਾਂ ਤੇ ਮਾੜਨਾਬੇ ਦਾ ਮੈਚ ਆ ਜੀ। ਉਸ ਤੋਂ ਬਾਅਦ ਟਪਾਲੀ ਤੇ ਬਦਰੇ ਦੀਆਂ ਟੀਮਾਂ ਥੋੜਾ ਖਿਆਲ ਰੱਖਣਾ ਜੀ। ਦਰਸ਼ਕ ਵੀਰੋ ਪੂਰਾ ਕਹਿੰਦੇ ਵੀ 1.25 ਲੱਖ ਬੰਦਾ ਇਸ ਕਬੱਡੀ ਕੱਪ ਦੇ ਨਾਲ ਜੁੜਿਆ ਹੋਇਆ ਹੈ। ਕਬੱਡੀ 365.com ਦੇ ਜ਼ਰੀਏ ਇਸ ਕਬੱਡੀ ਕੱਪ ਦੇ ਨਾਲ ਪੂਰਾ ਦਰਸ਼ਕ ਵੀਰੋ 1.25 ਲੱਖ ਬੰਦਾ ਜੁੜਿਆ ਹੋਇਆ ਹੈ ਸਾਡੇ NRI ਭਰਾ। ਲਓ ਮੈਦਾਨ ਦੇ ਵਿੱਚ ਇਧਰਲੇ ਪਾਸੇ ਲੱਗਦਾ ਹੋਇਆ ਜੱਫਾ ਇਹ ਆ ਨੌਜਵਾਨ ਜੱਗਾ ਧੌਲੇ ਵਾਲਾ ਕਬੱਡੀ ਦਾ ਪੁਰਾਣਾ ਖਿਡਾਰੀ ਤੇ ਪੁਆਇੰਟ ਸਾਹਮਣੇ ਧੌਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨ ਦਾ ਪਾ ਵੀ ਕਬੱਡੀ ਕਿਰਨੀ ਭਾਈ ਰੂਪੇ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਕਹਿੰਦੇ ਵੀ ਕੈਨੇਡਾ ਦੀਆਂ ਖੇਡ ਹੈਲੋ ਹੈਲੋ ਉਹ ਬਾਈ ਉਹ ਦੇਖੋ ਮਾੜਾ ਜੁੜ ਗਈ ਉਹਦੀ ਮੈਲ ਦਾ ਮੈਲ ਤਾਂ ਸਮਾਪਤ ਆ ਜੀ ਕੋਈ ਉਹਦੀ ਨਾ ਕੋਈ ਤਾਰ ਤੁਰ ਜੁੜ ਗਈ ਦੇਖੀ ਫਿਰ ਮਾੜਾ ਜਾ ਕੇ ਮੈਚ ਸਮਾਪਤ ਆ। ਕਮਲ ਸ਼ਰਮਾ ਜੀ ਆਪਣਾ ਦੱਸੋ ਮੈਨੂੰ ਕੌਣ ਜਿੱਤ ਗਿਆ ਪਹਿਲੇ ਮੈਚ ਦੇ ਵਿੱਚੋਂ ਕਬੱਡੀ ਓਪਨ ਦੇ ਵਿੱਚੋਂ ਜਿਹੜੀ ਟੀਮ ਆ ਨੋਟ ਕਰੋ ਜੀ ਧਨੌਲੇ ਦੇ ਪੁਆਇੰਟ ਨੇ 5.5 ਤੇ ਧੌਲੇ ਦੇ ਪੁਆਇੰਟ ਨੇ 15 ਧੌਲਾ ਇਹ ਮੈਚ ਦੀ ਜੇਤੂ ਟੀਮ ਆ ਜੀ ਨੋਟ ਕਰੋ ਧੌਲੇ ਨੇ ਮੁਕਾਬਲਾ ਜਿਹੜਾ ਜਿੱਤ ਲਿਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਕਿਉਂਕਿ ਪਹਿਲੇ ਰਾਊਂਡ ਦੇ ਮੈਚ ਜਿੱਦਾਂ ਵੀ ਸਾਡੇ ਪੱਤਰਕਾਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਠੀਕ ਹੈ ਜੀ। ਹੈਲੋ 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 ਬਾਈ ਜੀ ਹੁਣ ਜਿਹੜਾ ਮੈਚ ਲੱਗਣਾ ਗਏ ਮਾੜਨਾਬੇ ਦੀ ਟੀਮ ਤੇ ਢਿੱਲਵਾਂ ਦਾ ਮੈਚ ਆ ਕਿਉਂਕਿ ਬੜੇ ਸਟਾਰ ਨੌਜਵਾਨਾਂ ਦੀ ਗੱਲ ਢਿੱਲਵਾਂ ਵਾਲੇ ਕੈਲੀ ਨੂੰ ਪੂਰੀ ਦੁਨੀਆ ਜਾਣਦੀ ਹੈ ਚਾਹੇ ਦੁਨੀਆ ਦੇ ਵਿੱਚ ਨਹੀਂ ਨੌਜਵਾਨ ਹੋ ਉੱਥੋਂ ਦੇ ਭਰਪੂਰ ਸਿੰਘ ਜੀ ਭੂਰੇ ਵਰਗੇ ਢਿੱਲਵਾਂ ਵਾਲਾ ਪੱਟੀ ਇਸ ਏਰੀਏ ਦੇ ਵਿੱਚ ਕਿਉਂਕਿ ਸਟਾਰ ਰਿਹਾ ਨੌਜਵਾਨ ਜਿਹਨੇ ਵੀ ਪਿੱਤੋਂ ਦਾ ਸ਼ੀਰਾ ਗਾ ਚਾਹੇ ਉਹ ਢਿੱਲਵਾਂ ਵਾਲੇ ਕੈਲੀ ਦੀ ਦੇਣ ਆ ਬਹੁਤ ਵਧੀਆ ਨੌਜਵਾਨਾਂ ਨੇ ਦਾਅ ਵੀ ਜਿਹੜੇ ਦੱਸੇ ਹੈ ਪਰ ਅੱਜ ਆਪਾਂ ਢਿੱਲਵਾਂ ਦੀ ਟੀਮ ਦੀ ਗੱਲ ਤੇ ਹੁਣ ਦੇਖ ਰਹੇ ਹਾਂ ਵੀ ਇੱਕ ਪਾਸੇ ਢਿੱਲਵਾਂ ਦੀ ਟੀਮ ਤੇ ਦੂਜੇ ਪਾਸੇ ਮਾੜਨਾਬਾ ਦੋਨੇ ਟੀਮਾਂ ਗਵਾਂਢੀ ਪਿੰਡ ਦੀਆਂ ਟੀਮਾਂ ਨੇ ਇਹਨਾਂ ਦਾ ਤੈਂ ਦਿਲੋਂ ਧੰਨਵਾਦ ਕਰਦੇ ਹਾਂ। ਜੱਗੀ ਪਹਿਲਵਾਨ ਸਾਡਾ ਨੌਜਵਾਨ ਵੀਰ ਕਹਿੰਦੇ ਚੰਦ ਵਜੇ ਦੇ ਕਬੱਡੀ ਕੱਪ ਦੀ ਉਪ ਜੇਤੂ ਟੀਮ ਜਿਹੜੀ ਮੈਦਾਨ ਦੇ ਵਿੱਚ ਇੱਧਰ ਆਹ ਮੁੰਡੇ ਦਾ ਧੰਨਵਾਦ ਆ ਬਾਈ ਜਿਹੜਾ ਮੁੰਡਾ ਕੱਲ੍ਹ ਤੋਂ ਲੈ ਕੇ ਦਰਸ਼ਕਾਂ ਨੂੰ ਪਾਣੀ ਪੈ ਰਿਹਾ ਇਹ ਸਰਸੇ ਜ਼ਿਲ੍ਹੇ ਦੇ ਵਿੱਚੋਂ ਆਇਆ ਥਰਾਜ ਪਿੰਡ ਇਹਦਾ ਇਹਦੇ ਵਿਚਾਰੇ ਦੇ ਚਾਰ ਲੜਕੀਆਂ ਨੇ ਇਹ ਸਾਰੇ ਵੀਰਾਂ ਨੂੰ ਕੱਲ੍ਹ ਦਾ ਪਾਣੀ ਪਿਆਈ ਜਾਂਦਾ ਵਿਚਾਰਾ ਕੇਨੀ ਨਾਲ ਹੁਣ ਇਹ ਦਰਸ਼ਕਾਂ ਦੀ ਕਚਹਿਰੀ 'ਚ ਗੇੜਾ ਲਾਊਗਾ ਇਹਦਾ ਵੱਧ ਤੋਂ ਵੱਧ ਆਪਾਂ ਸਤਿਕਾਰ ਕਰਨਾ ਕਿਉਂਕਿ ਬਹੁਤ ਬਹੁਤ ਧੰਨਵਾਦ ਪਾਣੀ ਵਾਲੀ ਸੇਵਾ ਕੀਤੀ ਆ। ਉੱਧਰ ਸੁਖਪਾਲ ਨੂੰ ਮੈਂ ਬੇਨਤੀ ਕਰਦਾ ਸੁਖਪਾਲ ਜੀ ਖਰੋੜਾ ਜੀ ਇਹਨਾਂ ਦਾ ਗੇੜਾ ਜੂਣ ਨਾਲ ਵਧੋ ਹੈਲੋ ਲਓ ਜੀ ਮਾੜਨਾਬੇ ਦੀ ਟੀਮ ਜੀ ਨੋਟ ਕਰੋ ਕਮਲ ਜੀ ਹੈਪੀ ਇਧਰਲੇ ਪਾਸੇ ਆ ਗਈ ਚਾਰੇ ਜਿਹੜੇ ਜਾਫੀ ਹੈ ਹਾਂਜੀ ਕੋਟਲੀ ਵਾਲਾ ਜੀਤ ਤੇ ਭੂੰਦੜ ਦਾ ਕੀਪਾ ਇਧਰਲੇ ਪਾਸੇ ਦੋ ਮੁੰਡੇ ਮੌੜਾਂ ਦੀ ਟੀਮ ਦੇ ਲਈ ਖੇਡਣਗੇ ਨਾਲ ਰਾਜ ਦੇ ਸੈਂਬਰ ਬਾਈ ਜੀ ਉੱਧਰ ਅਗਲੀ ਦੇ ਸਰਪੰਚ ਸਾਹਿਬ ਵੱਲੋਂ ਬਾਈ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਵੱਲੋਂ ਜੀਤੇ ਨੰਬਰਦਾਰ ਦੇ ਲਈ 100 ਰੁਪਇਆ ਮੈਂ ਧੰਨਵਾਦ ਕਰਦਾ ਢਿੱਲਵਾਂ ਦੀ ਟੀਮ ਆ।
ਇਧਰ ਆਪਾਂ ਖੇਤਾਂ ਵਾਲੀ ਸਾਈਡ ਦੀ ਗੱਲ ਕਰਾਂਗੇ। ਦੋਨੇ ਟੀਮਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਮਿੱਤਰਾਂ ਦਾ। ਬਾਈ ਕੀ ਹੋ ਗਿਆ ਨੌਜਵਾਨ ਨੂੰ? ਚਕਨਾਈ ਦੀ ਪ੍ਰੋਬਲਮ ਆ ਗੋਲਡੀ ਬਾਈ ਸੈਂਪੂ ਜੀ, ਉਹ ਥੋੜ੍ਹੀ ਜਿਹੀ ਚਕਨਾਈ ਦੀ ਪ੍ਰੋਬਲਮ ਮੰਨ ਰਹੇ ਆ ਪਲੇਅਰ। ਬਾਈ ਪ੍ਰਬੰਧਕਾਂ ਦਾ ਫੈਸਲਾ ਗਾ, ਮਿੱਟੀ ਲਾ ਦਿਓ ਕੋਈ ਚੱਕਰ ਨਹੀਂ। ਇਹ ਬੇਨਤੀ ਹੈ ਮਿੱਟੀ ਲਾ ਦਿਓ ਨੌਜਵਾਨ ਨੂੰ, ਮਿੱਟੀ ਤੋਂ ਦੂਰ ਨਾ ਐਂ ਕਰੋ, ਮਿੱਟੀ ਜੀ ਜੰਮੇ ਉਹ ਤੋਂ ਐਂਡ ਦੇ ਮਤਲਬ 3 ਕਿਲੋ ਹੀ ਬਣ ਜਾਂਦਾ ਬੰਦੇ ਦਾ ਸਰੀਰ, ਸਾਰਾ ਵਿੱਚ ਹੀ ਰੁੱਲ ਜਾਂਦਾ ਗਾ। ਧੰਨ ਬਾਜੀ ਬਾ ਗੁਰਸੇਵ ਸਿੰਘ ਜੀ ਅਗਲੀ ਆ ਸਾਡੇ ਵੀਰ ਬਾਈ ਯਾਰ ਸਾਊਂਡ ਤਾਰ ਜੀ ਵਾਲਾ ਫੜਾ ਦਿਆ, ਆਪਾਂ ਤਾਂ ਉਹਦੇ ਨਾਲ ਡੰਗਾ ਲਾ ਲਾਂਗੇ। ਹੈਲੋ 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 ਜ਼ਿਲ੍ਹਾ ਬਰਨਾਲੇ ਦੇ ਦੋ ਪਿੰਡ ਨੇ ਜੀ, ਬਾਉੜ ਨਾਭਾ ਤੇ ਢਿੱਲਵਾਂ। ਤਪੇ ਤੋਂ ਪੱਖੋ ਕੈਂਚੀਆਂ ਨੂੰ ਜਾਣ ਵਾਲੀ ਸੜਕ ਤੇ ਦੋਨੋਂ ਪਿੰਡ ਹੈ ਲਵ ਮੈਦਾਨ ਦੇ ਵਿੱਚ ਓਪਨ ਕਬੱਡੀ ਦਾ ਅਗਲਾ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ। ਇਸ ਤੋਂ ਬਾਅਦ ਬਦਰਾ ਤੇ ਢਪਾਲੀ ਦੀਆਂ ਟੀਮਾਂ ਜਲਦੀ ਦੇ ਨਾਲ ਮੈਦਾਨ ਦੇ ਲਾਗੇ ਪੁੱਜ ਜਾਣ। ਬਦਰਾ ਵਰਸੋ ਜੀ ਢਪਾਲੀ, ਅਲੀਪੁਰ ਖਾਲਸਾ ਤੇ ਚੀਮਾ ਜੋਧਪੁਰ ਕੁਲਵੀਰ, ਚੀਮਾ ਜੋਧਪੁਰ ਕੁਲਵੀਰ ਵਰਸੋ ਜੀ ਅਲੀਪੁਰ ਖਾਲਸਾ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਮੰਚ ਦੇ ਬਿਰਾਜਮਾਨ ਹੈ, ਪਲਾੜਾ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਤਰਫੋਂ ਜੀਆਂ ਨੂੰ ਆਖਦੇ ਹੈ। ਥੋੜੇ ਸਮੇਂ ਬਾਅਦ ਸਾਈਂ ਗੁਲਾਮ ਜੁਗਨੀ ਜੀ ਪੁੱਜ ਰਹੇ ਹੈ 6ਵੇਂ ਕਬੱਡੀ ਕੱਪ ਤੇ। ਦਰਸ਼ਕ ਵੀਰੋ, ਮਾਉੜ ਨਾਭੇ ਦੀ ਟੀਮ ਜਿਹੜੀ ਇੱਧਰ ਮੇਲੇ ਵਾਲੇ ਪਾਸੇ ਹੈ, ਮੇਲੇ ਵਾਲੀ ਸਾਈਡ ਟੀਮ ਹੈ ਮਾਉੜ ਨਾਭਾ ਤੇ ਢਿੱਲਵਾਂ ਦੀ ਟੀਮ ਦਰਸ਼ਕ ਵੀਰੋ ਖੇਤਾਂ ਵਾਲੀ ਸਾਈਡ ਹੈ, ਇੱਧਰਲੇ ਪਾਸੇ ਇਹ ਆ ਨਾਗਿਨ ਮੋਹਣਾ। ਬਾਈ ਜੀ ਇੱਕ ਬੇਨਤੀ ਆ ਸਟੂਡੀਓ ਬਾਈ ਜੁੜ ਕੇ ਨਾ ਖਰਾ ਗੁਰੂ ਬਾਈ ਅਣਕੇ ਦੇਖੋ, ਅਸੀਂ ਵੀ ਤੁਰੇ ਜਾਂਦੇ ਆ। ਇਹ ਬੇਨਤੀ ਹੁੰਦੀ ਆ ਪਹਿਲੀ ਕਬੱਡੀ ਪੜਦਾਉੜ ਦੇ ਕੋਲੇ ਸੰਨਾ ਗੁਲਾਬ ਸਿੰਘ ਵਾਲਾ ਪਿੰਡ ਹੈ, ਇਹ ਲਾਭ ਸਿੰਘ ਦੇ ਦੋ ਪੁੱਤਰ ਨੇ। ਪਰ ਆਹ ਮੁੰਡੇ ਨੇ ਕਹਿੰਦੇ ਆਹ ਸਾਲ ਚ ਅੱਤ ਕਰਾ ਦਈਏ, ਜਦੋਂ ਜੱਫੇ ਲਾਉਂਦਾ ਤੇ ਮੁੰਡਾ ਕਹਿੰਦੇ ਸਿਰਾ ਖੇਡਦਾ। ਇਹ ਮੌੜ ਮੰਡੀ ਕੋਲੇ ਕੋਟਲੀ ਵਾਲਾ ਜੀਤ ਜੱਫਾ ਲਾ ਰਿਹਾ, ਮਾਰੋ ਤਾੜੀ ਪਹਿਲੇ ਜੱਫੇ ਦੇ ਲਈ ਨਾ ਮੁੰਡਾ ਪੂਰਾ ਜੋਰ ਲਾ ਰਿਹਾ। ਦਰਸ਼ਕ ਵੀਰੇ ਉਹ ਜੇ ਜੱਫੇ ਤੇ ਤਾਂ ਤਾੜੀਆਂ ਮਾਰਦੇ। ਬਾਜੀ ਵਾ ਇਹ ਕੋਟਲੀ ਵਾਲਾ, ਇਹ ਹੈ ਮੌੜ ਮੰਡੀ ਦੇ ਏਰੀਏ ਦਾ ਕੋਟਲੀ ਖੁਰਦ ਪਿੰਡ ਦਾ ਜੀਤ, ਪਹਿਲਾ ਜੱਫਾ ਲਾ ਕੇ ਪੁਆਇੰਟ ਮੌੜ ਨਾਭੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਵੀ ਨਿੰਮਾ ਨੌਜਵਾਨ ਪਾ ਰਿਹਾ ਮੌੜ ਨਾਭੇ ਵਾਲਾ। ਬਾਜੀ ਵਾ ਹਰਜੀਤ ਤੇਰੇ ਮਾਈਕ ਦੀ ਜਮੀ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ। ਹੈਲੋ ਬਾਲੀ ਜ਼ਿਆਦਾ ਸਾਡੀ ਵੀ ਆਵਾਜ਼ ਓਵਰ ਤੋਂ ਜ਼ਿਆਦਾ। ਇਧਰਲੇ ਪਾਸੇ ਢਿੱਲਵਾਂ ਵਾਲਾ ਨੌਜਵਾਨ ਰੂਪੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਮੋਟੇ ਮੋਟੇ ਪੱਟਾਂ ਉੱਤੇ ਮਾਰਨ ਬੋਲੀ ਥਾਪੀ, ਇੱਕ ਪਾਸੇ ਨੇ ਰੇਡਰ ਖੜਦੇ ਦੂਜੇ ਪਾਸੇ ਜਾਫੀ, ਵੇਚੇ ਪੈ ਗਏ ਨਾਲ ਅਫਗਾਨੇ, ਪਤਾ ਲੱਗਦਾ ਵਿੱਚ ਮਦਾਨੇ ਅੱਜ ਖੁਰਾਕਾਂ ਖਾਧੀਆਂ ਦੀ। ਆਹ ਮੁੰਡਾ ਗਾ ਕਹਿੰਦੇ ਵੀ ਮੈਂ ਦੇਖਦਾ, ਇੱਕ ਪਾਸੇ ਨੌਜਵਾਨ ਮੱਖਣ ਸਿੰਘ ਨੰਬਰਦਾਰ ਦਾ ਪੁੱਤਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲੈ ਵੀ ਜਗਦੀਪ ਸਿਆ ਨੰਬਰਦਾਰੀ ਪੀੜ੍ਹੀਆਂ ਚਲੀ ਜਾਂਦੀ ਹੈ, ਸਰਪੰਚੀ 5 ਸਾਲ ਹੁੰਦੀ ਹੈ, ਜੇ ਬੰਦਾ ਸਹੀ ਢੰਗ ਨਾਲ ਕਰੇ ਤਾਂ ਉਹ ਵੀ ਲੌਂਗ ਸਮ ਸਮਾਂ ਚੱਲੀ ਜਾਂਦੀ ਹੈ। ਇਹ ਆ ਮੁੰਡਾ ਜੀਤਾ ਨੰਬਰਦਾਰ, ਸੁਖਜੀਤ ਸਿੰਘ ਪੂਰਾ ਨਾਮ ਹੈ, ਉਧਰਲੇ ਪਾਸੇ ਢਿੱਲਵਾਂ ਵਾਲਾ ਨੌਜਵਾਨ ਬੰਸਾ ਆਪਣੀ ਟੀਮ ਦੇ ਲਈ ਮੈਂ ਦੇਖਦਾ ਜੱਸਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਜੀਤਾ ਨੰਬਰਦਾਰ ਆਪਣੀ ਟੀਮ ਦੇ ਲਈ ਇੱਕ ਅੰਗ ਹੋਰ ਜੁੜਦਾ ਹੋਇਆ। ਹੈਲੋ ਓਵਰ ਤੋਂ ਜ਼ਿਆਦਾ ਆਵਾਜ਼ ਵੀ ਮਾੜੀ ਹੈ। ਹੈਲੋ ਹੈਲੋ ਜਦੋਂ ਵੱਧ ਵਧਾਏਗਾ ਕੋਕ ਵੱਜੋ। ਹਾਂ ਬੇਨਤੀ ਹੈ, ਇੱਧਰ ਇਹ ਮੁੰਡੇ ਦਾ ਨਾਂ ਗਾ ਕਹਿੰਦੇ ਜੋਗਿੰਦਰ, ਤੇ ਉਧਰਲੇ ਪਾਸੇ ਜਿਹੜਾ ਜੱਫਾ ਲਾ ਰਿਹਾ ਇਹਨੂੰ ਕਹਿੰਦੇ ਨੇ ਸੈਂਬਰ। ਮੈਂ ਦੇਖਦਾ ਵੀ ਸੈਂਬਰ ਸਿੰਘ ਨੌਜਵਾਨ ਜੱਫਾ ਲਾਉਂਦਾ ਹੋਇਆ, ਇਹ ਬੂਟਾ ਸਿੰਘ ਚਹਿਲ ਦਾ ਪੁੱਤਰ ਹੈ। ਪਰ ਆਹ ਮੁੰਡਾ ਮੌੜਾਂ ਵਾਲਾ ਜਿਹੜਾ ਕਬੱਡੀ ਪਾ ਰਿਹਾ, ਇਹਨੇ ਜਦੋਂ ਪਾਸਪੋਰਟ ਬਣਾਇਆ ਨਾ ਉਹਦੇ ਉੱਤੇ ਨਾਂ ਇਹਦਾ ਨਿੰਮਾ ਨਹੀਂ ਲੱਗਣਾ, ਉੱਥੇ ਗੁਰਸੇਵ ਸਿੰਘ ਲੱਗੂਗਾ। ਇਹ ਜਿੰਨੇ ਵੀ ਮੌੜਾਂ ਵਾਲੇ ਖੇਡਦੇ ਨੇ ਸਾਰੇ ਮਾਣ ਪਰਿਵਾਰ ਦੇ ਨੌਜਵਾਨ ਨੇ, ਇਕੱਲਾ ਜੱਗੀ ਹੈ ਜਿਹੜਾ ਗਿੱਲ ਪਰਿਵਾਰ ਦਾ ਨੌਜਵਾਨ ਖੇਡਦਾ। ਧੰਨਵਾਦ। ਮੈਂ ਦੇਖਦਾ ਆਹ ਨੌਜਵਾਨ ਇੱਕ ਪਾਸੇ,
अपनी टीम के लिए एक अंक होर जोड़ता हुआ यह गुरसेव सिंह निम्मा मौड़ा वाला। हाँ जी लो मैदान अगली कबड्डी कहते भी शन्ना गुलाब सिंह वाले की धरती का मोहना नौजवान पक्के तौर पर काफी सालों का ढलवान खेड रहा है। लो मैदान सामने मोहने की पई हुई कबड्डी सामने जीत कोट लई खुरदा नाल कहते भी शैंबर ते नाल राय ते नाल कहते भी दुनिया का वटे कट जाफी है भूंदड़ वाला कीपा। लो इधरले पासे शैंबर कोश करता हुआ ते पॉइंट मोहने का पॉइंट ढलवान की टीम के हिस्से के जुड़ता हुआ। उधर साढ़े वीर कबड्डी 365.com वाले वीर पहुंचे हुए हैं दुनिया की पहले नंबर की वेबसाइट है कबड्डी की कबड्डी 365.com पे पूरा कहते भी सवा लख बंदा अज कहते भी इस कबड्डी कप के नाल जुड़िया हुआ है। सिप्पू शर्मा जी अमनदीप गोल्डी मदन मद्दी लद्दड़ सिखपाल खंगूड़ा जी सारे वीर का धन्यवाद है जेडे अज का कबड्डी कप करवा रहे हैं। उधर जिन्हिया भी सत्कारयोग शख्सियत मंच से विराजमान है जी हाँ आखते हैं यह है जीता नंबरदार मौड़ा वाला लव पॉइंट सामने मौड़ नाभा की टीम के हिस्से के जुड़ता हुआ। शीरा जिहड़ा पानी पिला रहा जी पिछले तीन दिनों तो दर्शक वीर की कचहरी दे विच गेड़ा ला रहा है आपां नूं कोई दस सारे दर्शक वीरां नूं कोई फर्क नहीं पैंदा पंज पंज रुपयां दे नाल दस दस रुपयां दे नाल इधर कहंदे मौड़ा वाला जगजीत सिंह जग्गी सगवान रघवीर सिंह गिल दा पुत्तर है जिथे मैं देखदा वी नौजवान दी खिडारी दी कहंदे 27 साल उम्र है मेरे पंजाबी वीरो 12 क मुंडा पास है उत्ते डीसीए दा करिया होया कोर्स एक मासे मौड़ा वाला जग्गी पहलवान अपनी टीम दे लई इह जग्गी पहलवान गुमटी के टूरनामेंट तो बाद जगी ने ऐलान किया भी पहला नौजवानों कहते वाहगुरु की कृपा ना कोई घाट नहीं हूँ लोगों लिए कबड्डी खेडनी है क्योंकि लोगों ना ही बंदा बड़ा जोड़ा होंगे। लो जोगिंद्र सिंह कबड्डी पाने बंदा होया जितों के बदवाल के कबड्डी कप के भरपूर सिंह भूरे आप देखते भी बड़े सन्मान होए पर आ टलमा वाला जोगिंद्र सिंह उधर मैं देखता भी केवल के नाल साढ़े भीर जिन्हें भी जुड़े हुए धन्यवाद करते हैं। इधरले पासे राय मेजर सिंह मान का पुत्र जफा लाने की पूरी कोशिश करता हुआ पर टलमा वाला जोगिंद्र सिंह एक अंक होर जुड़ता हुआ ला भी नौजवाना पा मुंडा कबड्डी कहते भी मौड़ा वाला गुरसेव सिंह निम्मा मैं देखता भी एक पासे गुरदेव सिंह मान का पुत्र नौजवान ने 14 क्लासा पास करिया ने आप देखते भी अगे वध के नौजवान दो पैण का कला वीर बहुत कबड्डी का स्टार प्लेयर आ इधर मैं देखता भी मान परिवार का आगा नौजवान गुरसेव सिंह निम्मा अगे नाता हुआ नौजवान उधरले पासे टलमा वाला वंसा जितों का पट्टी पर मौड़ा वाला नौजवान सांस समा यह निमा रेडर एक अंक होर जुड़ता हुआ। आलाभ सिंह के दो पुत्र ने एक जीता ते एक मोहना कहते दोने कबड्डी खेडते हैं वह छोटे वजन मुकाबले खेडता पर मोहना नौजवान कदे चीमिया की टीम के लिए कदे टलमा दे लई ते कदे भाई रूपे दे लई अज मैं देखता फिर टलमा दे लई ते अगली गल साडा वीर गुरप्यार जी जीत कोटली खुरदा करता हुआ ट्राई नहीं सा नौजाना लो मैदान पॉइंट मौड़ नाभे की टीम के हिस्से के जुड़ता हुआ कबड्डी के स्टार पुज चुके हैं। उधर बदरे की टीम भी पुज गई है मैदान के लागे बदरे के बाकी खिलाड़ी जेडे पुज जाने नाल टपाली पुज जे इस तो अगला मैच बदरा ते टपाली दी टीमां दा खेडिया जाएगा। बिल्कुल जी बिल्कुल बदरे की टीम ने कहते भी इस सीजन के काफी टूरनामेंट जेडे 80 किलो कबड्डी के जिते है कल गोविंदपुरे तो कहते भी 80 किलो कबड्डी का टूरनामेंट जिते है अज ओपन दे विच एंट्री मारी है बदरा गवांडी पिंड है इस तो बाद टपाली दे नाल मैच होना जी दोनों टीमां दे सारे प्लेयर पुज जाने। इधरले पासे जसा करदा होया ट्राई ते पॉइंट जीते नंबरदार दा पॉइंट मौड़ नाभे दी टीम दे हिस्से दे विच जुड़दा होया चल भी ढिलमा वालिया पा दी कबड्डी नौजवाना। इधर ढिलमा वाला नौजवान रूबी अगे नूं फिर वाधा होया रंगले पंजाब दी रंगली जवानी है साडा नौजवान भाई जगदीप जी बैठे ने जो भी मेहमान आते हैं लै भी कांति। हाँ जी नरवैर सिंह कोनी राणी वालिया पुज रहे ताड़ी मार दो दर्शक वीर कबड्डी का मास्टर नरवैर सिंह कोनी राणी वालिया जादूगर जादूगर कहते भी नाल बदरे वाला सीपा भी आ गया सीपे दे वास्ते भी ताड़ी मार दो दर्शक वीर बहुत भी दहारे दे टूरनामेंट तो मोटरसाइकिल जीते है ते नाल कहते भी रंगड़ियाल दे टूरनामेंट तो भी मोटरसाइकिल जीते है नाल कहते भी
ਨਰਵੈਰ ਸਿੰਘ ਕੋਨੀ ਜ਼ਿਲ੍ਹੇ ਮੁਕਤਸਰ ਸਾਹਿਬ ਦੀ ਧਰਤੀ ਦਾ ਕਬੱਡੀ ਦਾ ਮਾਸਟਰ ਉਹ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ ਜਿਸ ਦਾ ਅੱਜ ਕਹਿੰਦੇ ਵੀ ਵਿਸ਼ੇਸ਼ ਸਨਮਾਨ ਹੋਣਾ ਹੈ ਪਲਾੜਾ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਜੋਗੇ ਦੀ ਤਰਫੋਂ ਤੇ ਇਧਰ ਮੈਦਾਨ ਦੇ ਵਿੱਚ ਕਹਿੰਦੇ ਵੀ ਜੱਗੀ ਭਲਵਾਨ ਦੀ ਪਈ ਹੋਈ ਕਬੱਡੀ ਤੇ ਨੌਜਵਾਨ ਕਰਦਾ ਹੰਦੇ ਦੂਰ ਇਧਰਲੇ ਪਾਸੇ ਨੌਜਵਾਨ ਗੁਰਤੇਜ ਸਿੰਘ ਜਾਫੀ ਹੈ ਗੁਰਤੇਜ ਸਿੰਘ ਨੌਜਵਾਨ ਜੱਫਾ ਲਾਉਂਦਾ ਹੋਇਆ ਕਿਉਂਕਿ ਮੈਂ ਦੇਖਦਾ ਵੀ ਵਧੀਆ ਤਜਰਬੇ ਨਾਲ ਜੱਫਾ ਲਾਇਆ ਨੌਜਵਾਨ ਨੇ ਮੌੜਾਂ ਵਾਲਾ ਵੈਦ ਵੀ ਆਇਆ ਧੰਨਵਾਦ ਆ ਬਾਈ ਬਹੁਤ ਵਧੀਆ ਨੌਜਵਾਨ ਆ ਜਿੱਥੇ ਪਲੇਅਰ ਜਿਹੜੇ ਕਹੋਗੇ ਮੈਂ ਦੇਖਦਾ ਵੀ ਜ਼ਰੂਰ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਮਿੱਤਰ ਆਇਆ ਬੜਾ ਇੰਤਜ਼ਾਰ ਅਗਲਾ ਮੈਚ ਕਿਹੜੀ ਟੀਮ ਦਾ ਜੀ ਹਾਂਜੀ ਜਗਦੀਪ ਜੀ ਸ਼ਿਵਦੀਪ ਬੱਚੇ ਦਾ ਨਾਂ ਹੈ ਜਸਕਰਨ ਦਾ ਮੁੰਡਾ ਜੋਗੇ ਤੋਂ ਸ਼ਿਵਦੀਪ ਜਿੱਥੇ ਮੇਰੀ ਆਵਾਜ਼ ਸੁਣਦਾ ਉਹ ਸਟੇਜ ਦੀ ਬੈਕ ਸਾਈਡ ਤੇ ਜਸਕਰਨ ਆਪਦੇ ਡੈਡੀ ਨੂੰ ਮਿਲ ਲਵੇ ਸ਼ਿਵਦੀਪ ਜਸਕਰਨ ਆਪਦੇ ਡੈਡੀ ਨੂੰ ਮਿਲ ਲਵੇ ਬਾਈ ਜੀ ਤੁਹਾਡਾ ਨਾਮ ਤਾਂ ਜਿਹੜੀ ਜਿੱਤੂਗੀ ਟੀਮ ਦਾ ਨਾਮ ਮੇਰੇ ਕੋਲ ਪਹੁੰਚ ਚੁੱਕਿਆ ਸੋ ਸਰ ਕੋਈ ਨਾ ਜਗਦੀਪ ਜੀ ਬਹੁਤ ਬਹੁਤ ਧੰਨਵਾਦ ਆ ਸਾਡਾ ਵੀਰ ਪੰਜਾਬ ਦਾ ਮਿਲ ਲਓ ਤਾਂ ਕੋਈ ਏਦਾਂ ਦਾ ਕਲਾਕਾਰ ਨਹੀਂ ਹੋਣਾ ਜਿਹਦੇ ਨਾਲ ਜਗਦੀਪ ਨੇ ਹਾਜ਼ਰੀ ਨਹੀਂ ਲਵਾਈ ਹੋਣੀ ਇਹ ਵੀ ਨੌਜਵਾਨ ਬਹੁਤ ਕਿਉਂਕਿ ਵੱਖ ਵੱਖ ਕੰਟਰੀਆਂ 'ਚ ਉਧਰਲੇ ਪਾਸੇ ਮੈਂ ਦੇਖਦਾ ਵੀ ਇੱਕ ਪਾਸੇ ਮੇਜਰ ਸਿੰਘ ਮਾਨ ਦਾ ਪੁੱਤਰ ਰਾਜ ਦਾ ਜੱਫਾ ਲੱਗਦਾ ਹੋਇਆ ਇੱਧਰ ਕਮਲ ਜੀ ਨਾਲ ਹੈਪੀ ਜੀ ਸਕੋਰ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਉਧਰ ਬਿੰਦੂ ਵਰਗੇ ਜੱਗੇ ਵਰਗੇ ਵਿੱਕੀ ਵਰਗੇ ਆਹ ਨੌਜਵਾਨ ਨੂੰ ਨਰਵੈਣ ਸਿੰਘ ਕੋਨੀ ਰਾਣੀ ਵਾਲੀ ਆ ਇਹਨੂੰ ਜਾਦੂਗਰ ਆਖਦੇ ਆ ਪਰਸੋਂ ਤੁਸੀਂ 5 ਤਰੀਕ ਨੂੰ ਜਦੋਂ ਜਲਾਲ ਦਾ ਟੂਰਨਾਮੈਂਟ ਵੇਖਿਆ ਮੈਨੂੰ ਐਂ ਲੱਗਦਾ ਵੀ ਪੰਜਾਬ ਦਾ ਕੋਈ ਪਲੇਅਰ ਏਦਾਂ ਦਾ ਨਹੀਂ ਹੋਣਾ ਜਿਹੜਾ ਉੱਥੇ ਆਇਆ ਨਹੀਂ ਹੋਣਾ ਪਰ ਉੱਥੇ ਕੋਨੀ ਨੇ ਅੱਤ ਕਰਾਤੀ ਉਸ ਟੂਰਨਾਮੈਂਟ ਦਾ ਵੈਸਟ ਰਿਹਾ ਕੋਨੀ ਵੀ ਮੈਦਾਨ ਦੇ ਵਿੱਚ ਆ ਗਿਆ ਬਹੁਤ ਮਿੱਤਰਾਂ ਨੇ ਸੋਚਿਆ ਵੀ ਜਲਾਲ ਤੇ 5 ਤਰੀਕ ਨੂੰ ਜਦੋਂ ਟੂਰਨਾਮੈਂਟ ਹੋਇਆ ਸਿਰਾ ਹੋਇਆ ਨੌਜਵਾਨ ਨੂੰ ਕਿਉਂਕਿ ਜਿਹੜਾ ਨੌਜਵਾਨ ਇੰਨੀਆਂ ਤਕੜੀਆਂ ਟੀਮਾਂ ਚੋਂ ਵੈਸਟ ਕੇ ਵਾਕਈ ਉਹ ਜਾਦੂਗਰ ਹੈ ਕਿਉਂਕਿ ਗੁਰਵੈਰ ਸਿੰਘ ਸਹੀ ਗੱਲ ਹੈ ਨਾ ਐਨ ਕਹਿੰਦੇ ਵੀ ਰਾਣੀ ਵਾਲੀਏ ਨਰਵੈਰ ਸਿੰਘ ਕੋਨੀ ਤੇ ਪਿੱਥੋਂ ਵਾਲੇ ਸ਼ੀਰੇ ਦੀ ਯਾਰੀ ਫੱਟੇ ਚ ਗੱਡੇ ਕਿੱਲ ਵਰਗੀ ਹੈ ਅੱਜ ਕਹਿੰਦੇ ਵੀ ਦੋਨੋਂ ਖਿਡਾਰੀ ਬਦਰੇ ਦੀ ਟੀਮ ਦੇ ਵਿੱਚ ਖੇਡਣਗੇ ਲਓ ਮੈਦਾਨ ਦੇ ਵਿੱਚ ਨਾ ਜਾਂਦੀ ਪਈ ਹੋਈ ਕਬੱਡੀ ਮੋਹਣੀ ਛੰਨਾ ਵਾਲੇ ਦੀ ਤੇ ਸਾਹਮਣੇ ਮੈਦਾਨ ਦੇ ਵਿੱਚ ਮੌੜ ਨਾਭੇ ਦੀ ਟੀਮ ਦਾ ਜਾਫੀ ਟਰਾਈ ਕਰਦਾ ਹੋਇਆ ਤੇ ਪੁਆਇੰਟ ਢਿੱਲਵਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਉਧਰ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਤਾੜੀਆਂ ਦਰਸ਼ਕ ਵੀਰੋ ਬਾਟ ਮੋਟਰਸਾਈਕਲਾਂ ਦਾ ਜੇਤੂ ਪਿੱਥੋਂ ਵਾਲਾ ਪੁੱਜ ਗਿਆ ਚਹਾਨ ਪਰਿਵਾਰ ਦਾ ਸ਼ੀਰਾ ਆ ਗਿਆ ਪਿੱਥੋਂ ਵਾਲਾ ਸ਼ੀਰਾ ਨੌਜਵਾਨ ਨੂੰ 60 ਮੋਟਰਸਾਈਕਲ ਜਿੱਤਨੇ ਅਲਟੋ ਗੱਡੀ ਜਿੱਤਣੀ ਵੱਡੇ ਮਾਨ ਸਨਮਾਨ ਹੋਣੇ ਬੁਲਟਾਂ ਦੇ ਨਾਲ ਚਾਹੇ ਕਮਾਲਪੁਰੇ ਦਾ ਟੂਰਨਾਮੈਂਟ ਭੋਲੂ ਵਰਗਿਆਂ ਦੇ ਨਾਲ ਮੱਖਣ ਵਰਗਿਆਂ ਦੇ ਨਾਲ ਡੂੰਘਾ ਪਿਆਰ ਹੈ ਉਹਦਾ ਵੀ ਧੰਨਵਾਦ ਕਰਦੇ ਹਾਂ ਅੱਜ ਬਦਰੇ ਦੀ ਟੀਮ ਦੇ ਲਈ ਖੇਡਣਾ ਲਓ ਇੱਕ ਪਾਸੇ ਦੇਖਦਾ ਬਾਈ ਗੁਰਸੇਵ ਸਿੰਘ ਜੀ ਅਗਲੀ ਉਹ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਮੌੜਾਂ ਦੀ ਟੀਮ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਮੈਚ ਦੀ ਸਮਾਪਤੀ ਦੀ ਵਿਸਲ ਦੱਸੀ ਵੀਰ ਕਿਰਪਿਆਰ ਕੌਣ ਜਿੱਤ ਗਈ ਇਸ ਮੈਚ ਦੇ ਵਿੱਚੋਂ ਮੌੜ ਨਾਭੇ ਦੇ ਪੁਆਇੰਟ ਨੇ ਜੀ 14.5 ਠੀਕ ਹੈ ਢਿੱਲਵਾਂ ਦੇ ਪੁਆਇੰਟ ਨੇ ਜੀ 6 ਮੌੜ ਨਾਭਾ ਦੀ ਟੀਮ ਜੇਤੂ ਹੈ ਜੀ ਸਾਡੇ ਵੀਰ ਐਂਟਰੀ ਕਾਊਂਟਰ ਤੋਂ ਜੱਗੇ ਹੋਣੀ ਨੋਟ ਕਰ ਲੈਣ ਇਧਰ ਮੁਕਾਬਲਾ ਬਦਰਾ ਵਰਸਜ ਢਪਾਲੀ ਦੀਆਂ ਟੀਮਾਂ ਦੇ ਦਰਮਿਆਨ ਕਬੱਡੀ ਓਪਨ ਦਾ ਹੋਣ ਜਾ ਰਿਹਾ ਹੈਲੋ ਇਸ ਤੋਂ ਅਗਲਾ ਮੈਚ ਖੇਡਿਆ ਜਾਵੇਗਾ ਚੀਮਾ ਜੋਧਪੁਰ ਵਰਸਜ ਅਲੀਪੁਰ ਖਾਲਸਾ ਤੇ ਗੱਲ ਕਰਨਗੇ ਸਾਡੇ ਵੀਰ ਮੇਵਾ ਖਾਰਾ ਬਰਨਾਲਾ ਤੇ ਨਿੰਮਾ ਸੇਖਾ ਜੀ ਬਿਲਕੁਲ ਅਗਲੇ ਮੈਚ ਦੇ ਲਈ ਤਿਆਰ ਰਹਿਣਗੇ ਬਾਈ ਜੀ ਆਪਣਾ 200 ਰੁਪਇਆ ਲੈ ਜਾਓ ਮੌੜਾਂ ਵਾਲੇ ਵੀਰ ਸਾਡੇ ਕਿਉਂਕਿ ਨੌਜਵਾਨ ਨੂੰ ਪਿੱਥੋਂ ਵਾਲੇ ਸ਼ੀਰੋ ਨੂੰ 35 ਕਿਲੋ ਤੋਂ ਸ਼ੁਰੂਆਤ ਕੀਤੀ ਹੈ ਅੱਜ ਸਟਾਰ ਬਣ ਗਿਆ ਹੈ ਵੀ ਸਟਾਰ ਆ ਲੌਂਗ ਸਮਾਂ ਇੰਨਾ ਲੰਬਾ ਸਮਾਂ ਖੇਡਣਾ ਜਿੰਨੇ ਵੀ ਮੇਰੇ ਦਾਇਰੇ ਦੇ ਦਰਸ਼ਕ ਵੀਰ ਬੈਠੇ ਆ ਤੁਸੀਂ ਪਿੱਥੋਂ ਵਾਲੇ ਸ਼ੀਰੋ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਤਾੜੀ ਮਾਰ ਕੇ ਦੱਸੋ ਵੀ ਇੱਕ ਵਾਰੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਨਿੰਮੇ ਤੇਰੇ ਲਈ ਵੀ ਆਇਆ ਵੀ ਜਿੱਤੇ ਦੇ ਲਈ ਵੀ ਸਤਿਕਾਰ ਆਇਆ ਧੰਨਵਾਦ ਹੈ ਕਿਉਂਕਿ ਵੱਡੇ ਸਤਿਕਾਰ ਪਹਿਲਾ ਵਰਲਡ ਕੱਪ ਖੇਡਿਆ ਨੌਜਵਾਨ ਕਮਾਲਪੁਰੇ ਬੁਲਟ ਮੋਟਰਸਾਈਕਲ ਜਿੱਤਿਆ ਬਚਵਾਨ ਦੇ ਕਬੱਡੀ ਕੱਪ ਦੇ ਅਲਟੋ ਗੱਡੀ ਜਿੱਤੀ ਰਾਏਸਰ ਦੇ ਟੂਰਨਾਮੈਂਟ ਦੇ ਮੋਟਰਸਾਈਕਲ ਜਿੱਤਿਆ ਇੱਕ ਸਾਲ 'ਚ 14 ਮੋਟਰਸਾਈਕਲ ਜਿੱਤੇ ਤੇ ਕੋਨੀਏ ਵੀ ਕਹਿੰਦੇ ਇਸ ਸਾਲ 10 ਜਨਵਰੀ ਨੂੰ ਗਹਿਲਾਂ ਦੇ ਕਬੱਡੀ ਕੱਪ ਦੇ 3704 ਜਿੱਤਿਆ ਕਿਉਂਕਿ ਜਿੰਨੇ ਕੁ ਸਾਡੇ ਟੂਰਨਾਮੈਂਟ ਜਾ ਜਾਂਦੇ ਆ ਅਸੀਂ ਬੋਲੀ ਜਾਂਦੇ ਹਾਂ ਸਾਰਿਆਂ ਦਾ ਧੰਨਵਾਦ ਹਾਂਜੀ ਹਾਂਜੀ ਮੇਬਾ ਜੀ ਆਓ ਜੀ ਅਗਲੀ ਗੱਲ ਮੇਬਾ ਜੀ ਬਹੁਤ ਬਹੁਤ ਧੰਨਵਾਦ ਤਾਜੋ ਵਾਲਿਆ ਦਰਸ਼ਕ ਵੀਰੋ ਪਹਿਲਾਂ ਤਾਂ ਕਲੱਬ ਆਉਂਦੇ ਕਿ ਜ਼ੋਰਦਾਰ ਤਾੜੀ ਮਾਰ ਦਿਓ ਅੱਜ ਕਹਿੰਦੇ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਖੇਡ ਰਹੇ ਨੇ ਅਤਲੇ ਵਾਲਿਆ ਟੀਮਾਂ ਮੈਂ 16 ਨੇ 16 ਟੀਮਾਂ ਮੇਰੇ ਵੀਰੋ ਅੱਤ ਕਰਾਉਣ ਵਾਲੀਆਂ ਨੇ ਦੁਨੀਆਂ ਦੇ ਸਟਾਰ ਖਿਡਾਰੀ ਇਸ ਮੈਦਾਨ ਵਿੱਚ ਖੇਡਣਗੇ
एक पासे टपाली वाला अमरजीत काके वर्गे खड़ारी पलवान वर्गे इधर बाबे दी बलेंदबाजी टीम खेलेगी टपाली जिले बठिंडे दी टीम है दूसरे पासे बदरा जिले बरनाले दी टीम है कल 80 किलो भार दे मैच होए गोविंदपुरा माले गोविंदपुरी दे पिंड मेरे वीरो बुढ़लाडे दे लागे लाइबी सीपिया दर्शकों दे नाल फतेह सांझी कर ਪਾਦਰੇ ਵਾਲਾ ਦਰਸ਼ਕਾਂ ਦੇ ਨਾਲ ਫਤਿਹ ਸਾਂਝੀ ਕਰੇ ਤਾੜੀ ਮਾਰ ਦੋ ਤਾੜੀ ਮਾਰ ਦੋ ਦਰਸ਼ਕ ਵੀਰੇ ਸੀਪੇ ਦੇ ਵਾਸਤੇ ਦੋ ਮੋਟਰਸਾਈਕਲ ਜਿੱਤੇ ਨੇ ਇਧਰਲੇ ਪਾਸੇ ਮੇਵਿਆ ਪਿੱਥੋਂ ਵਾਲਾ ਬੂਟਾ ਜਨ ਟਪਾਲੀ ਦੇ ਵਿੱਚ ਖੇਡਦਾ ਹੈ ਇਹ ਹੈ ਕਬੱਡੀ ਦਾ ਜਾਦੂਗਰ ਨਰਵੈਰ ਸਿੰਘ ਕੋਨੀ ਰਾਣੀ ਵਾਲਿਆ ਤਾੜੀ ਮਾਰ ਦੋ ਦਰਸ਼ਕ ਵੀਰੇ ਤਾੜੀ ਮਾਰ ਦਿਓ ਗਹਿਲਾਂ ਦੇ ਕਬੱਡੀ ਕੱਪ ਤੋਂ 3600 ਫੋਟ ਜਿੱਤਿਆ ਹੈ ਲੈ ਵੀ ਮੱਦੀ ਲੱਦੜ ਤੇ ਗੋਲਡੀ ਖੋਸ਼ਾ ਹੁਣ ਤੋਂ ਲਾ ਪੁਆਇੰਟ ਜਿਹੜਾ ਸਾਹਮਣੇ ਇਧਰਲੇ ਪਾਸੇ ਬਾਦਰਾ ਦੀ ਲਾ ਮੈਦਾਨ ਦੇ ਵਿੱਚ ਦਰਸ਼ਕ ਵੀਰੇ ਟਪਾਲੀ ਵੱਲੋਂ ਪਈ ਹੋਈ ਕਬੱਡੀ ਇਧਰ ਮੇਲੇ ਵਾਲੇ ਪਾਸੇ ਨੂੰ ਟੀਮ ਹੈ ਖੇਡ ਗਰਾਊਂਡ ਦੇ ਵਿੱਚ ਟਪਾਲੀ ਦੀ ਜ਼ਿਲ੍ਹਾ ਬਠਿੰਡਾ ਦੀ ਤੇ ਦੂਜੇ ਪਾਸੇ ਆਪਣਾ ਗਵਾਂਢੀ ਨਗਰ ਬਾਦਰਾ ਪਿੰਡ ਕਹਿੰਦੇ ਵੀ ਜ਼ਿਲ੍ਹੇ ਬਰਨਾਲੇ ਦਾ ਇਹ ਆ ਨਾਜਨ ਸਤਗੁਰ ਸਿੰਘ ਲੈ ਵੀ ਬਰਨਾਲੇ ਵਾਲਿਆ ਕਰ ਗੱਲ ਇਸ ਪੈਂਦੀ ਹੋਈ ਕਬੱਡੀ ਦੀ ਇਹ ਪੁਆਇੰਟ ਦੱਸੋ ਜੀ ਇਸ ਮੈਚ ਦੇ ਪੁਸਤਕੀਆਂ ਸਾਡੇ 14-15 ਜੀ ਸਾਡੇ ਜ਼ਿਆਦਾ 15 ਪੁਆਇੰਟ ਹੈ ਕੱਲ 80 ਕਿਲੋ ਭਾਰ ਦੇ ਮੈਚਾਂ 'ਚ ਬਾਦਰਾ ਟੀਮ ਫਾਸਟ ਆ ਰਾਈਆ ਸੈਕਿੰਡ ਹੈ ਆਹ ਨੌਜਵਾਨ ਕੱਲ ਦੇ ਟੂਰਨਾਮੈਂਟ ਦਾ ਬੈਸਟ ਲੀਡਰ ਹੈ ਪਿੰਦਰੇ ਰਾਈਏ ਵਾਲੇ ਨਾਲ ਜੁਆਇਨ ਜਿਹੜੇ ਦੋਨਾਂ ਨੇ ਐਲਸੀਡੀ ਜਿੱਤੀ ਹੈ ਸੀਪੇ ਨੇ ਕਹਿੰਦੇ ਕੱਲੇ ਨੇ ਐਲਸੀਡੀ 13 ਫਰਵਰੀ ਨੂੰ ਬੁੜਲਾਡੇ ਦੇ ਲਾਗੇ ਰੰਗੜਿਆਲ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਜੇਤੂ ਹੈ ਸੀਪਾ ਮੇਰੇ ਵੀਰੋ ਪਰਲੀ ਕਨੀ ਤੇ ਹੈ ਉਰਲੀ ਕਨੀ ਤੇ ਜਗਸੀਰ ਸਿੰਘ ਸੀਰਾ ਸਾਰ ਸਰਦਾਰ ਗਿੰਦਰ ਸਿੰਘ ਚੌਹਾਨ ਦਾ ਪੁੱਤ ਹੈ ਮਾਤਾ ਜਸਵੀਰ ਕੌਰ ਦੀ ਕੁੱਖੋਂ ਜਨਮ ਹੋਇਆ ਇਹ ਹੈ ਪਿੱਥੋਂ ਵਾਲਾ ਮੇਰੇ ਵੀਰੋ ਸੀਰਾ ਖੇਡ ਮੈਦਾਨ ਵਿੱਚ ਕਹਿੰਦੇ ਵੀ ਡੌਲੇ ਦੇ ਉੱਪਰ ਮੇਰੇ ਵੀਰੋ ਹਰਜੀਤ ਵਿਰਾਟ ਦੀ ਜਿਹੜੀ ਫੋਟੋ ਹੈ ਕਹਿੰਦੇ ਹਰਜੀਤ ਕਲਾਬ ਬੌਜਾਖਾਨਾ ਦੇ ਲਈ ਕਬੱਡੀ ਖੇਡੀ ਕਹਿੰਦੇ ਪਰਲ ਵਰਲਡ ਕੱਪ ਦੇ ਲਈ ਇੰਡੀਆ ਦੀ ਟੀਮ ਦੇ ਲਈ ਕਬੱਡੀ ਖੇਡੀ ਹੈ 60 ਮੋਟਰਸਾਈਕਲ ਤੇ 16 ਜਨਵਰੀ ਨੂੰ ਬਛਵਾਨ ਦੇ ਕਬੱਡੀ ਕੱਪ ਤੇ ਅਲਟੋ ਮੈਦਾਨ ਦੇ ਵਿੱਚ ਕਹਿੰਦੇ ਵੀ ਧਾਲੀਵਾਲ ਪਰਿਵਾਰ ਦਾ ਇਹ ਸਰਦਾਰ ਸ਼ੇਰ ਸਿੰਘ ਧਾਲੀਵਾਲ ਦਾ ਪੁੱਤਰ ਨਰਵੈਰ ਸਿੰਘ ਕੋਨੀ ਰਾਣੀ ਵਾਲੀਆ ਜਦੋਂ ਕਹਿੰਦੇ ਵੀ 5 ਮਾਰਚ ਨੂੰ ਦਿੜਬੇ ਦੇ ਵਿੱਚ ਖੇਡਿਆ ਤਾਂ ਦਰਸ਼ਕ ਵੀਰ ਅੱਡੀਆਂ ਚੁੱਕ ਚੁੱਕ ਤਾੜੀਆਂ ਮਾਰ ਰਹੇ ਸੀ ਐਨ ਨਾਨ ਸਟਾਪ ਕਬੱਡੀਆਂ ਪਾਈਆਂ 5 ਮਾਰਚ ਨੂੰ ਜਦੋਂ ਦਿੜਬਾ ਦੇ ਕਬੱਡੀ ਕੱਪ ਤੇ ਖੇਡਿਆ ਨਰਵੈਰ ਸਿੰਘ ਕੋਨੀ ਇਧਰਲੇ ਪਾਸੇ ਲਹਾਰੇ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਸੀਪਾ ਬਾਦਰੇ ਵਾਲਾ ਟਰਾਈ ਕਰਦਾ ਹੋਇਆ ਪੁਆਇੰਟ ਟਪਾਲੀ ਦੀ ਟੀਮ ਦੇ ਹਿੱਸੇ ਹੈ ਅਗਲੀ ਕਬੱਡੀ ਲਾਲੀ ਪਾ ਰਿਹਾ ਨਾਜਨ ਬਾਦਰੇ ਵਾਲਾ ਲਾਲੀ ਅਗਲੀ ਕਬੱਡੀ ਪਾ ਰਿਹਾ ਤੇ ਟਪਾਲੀ ਦੇ ਅਮਰਜੀਤ ਵਰਗੇ ਨਾਲ ਕਹਿੰਦੇ ਵੀ ਬੂਟਾ ਨੌਜਵਾਨ ਹੈ ਕਹਿੰਦੇ ਵੀ 4 ਜਾਫੀ ਟਪਾਲੀ ਦੀ ਧਰਤੀ ਦੇ ਹੈ ਕਹਿੰਦੇ ਵੀ ਉਹਦੀ ਕਬੱਡੀ 365.com ਤੇ 225,000 ਬੰਦਾ ਜੁੜਿਆ ਹੋਇਆ ਅੱਜ ਇਸ ਕਬੱਡੀ ਕੱਪ ਦੇ ਨਾਲ ਸਾਡੇ ਵੀਰ ਸਿੰਪੂ ਸ਼ਰਮਾ ਜੀ ਅਮਨਦੀਪ ਗੋਲਡੀ ਮਦਨ ਮੱਦੀ ਲੱਦੜੇ ਉਧਰ 365 ਜੀ ਸਾਰੇ ਵੀਰ ਲੱਖ ਲੱਖ ਵਾਰ ਮੁਬਾਰਕਬਾਦ ਦੇ ਹੱਕਦਾਰ ਨੇ ਹਾਂਜੀ ਬੇਬਾ ਜੀ ਛੇਲ ਬਰੇ ਵਾਲੇ ਪ੍ਰਦੀਪ ਹੋਰਾਂ ਦਾ ਆਪੀ ਉਹਨਾਂ ਦਾ ਲੱਗਿਆ ਹੋਇਆ ਕੈਮਰਾ 365.com ਦੇ ਜ਼ਰੀਏ ਅੱਜ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਸ ਕਬੱਡੀ ਕੱਪ ਨੂੰ ਵਿਖਾਇਆ ਜਾ ਰਿਹਾ ਹੈ ਉਧਰ ਸਾਡੇ ਫੌਜੀ ਵੀਰ ਵੀ ਮੇਰੇ ਵੀਰੋ ਜੋ ਬਾਰਡਰਾਂ ਤੇ ਬੈਠੇ ਉਹ ਵੀ ਨੈਟ ਦੇ ਜ਼ਰੀਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ ਖੇਡ ਮੈਦਾਨ ਦੇ ਵਿੱਚ